ਸਾਨੂੰ ਦਿੱਲੀ ਜੰਤਰ ਮੰਤਰ ਇਹਨਾਂ ਨੇ ਕਿਉਂ ਨਹੀਂ ਜਾਣ ਦਿੱਤਾ? ਇਹਨਾਂ ਦੇ ਪਿਓ ਦੀ ਰਾਜਧਾਨੀ ਨੀ ਇਹ ਸਾਡੀ ਰਾਜਧਾਨੀ ਹੈਗੀ। ਸਾਡੇ ਗੁਰੂਆਂ ਨੇ ਦਿੱਲੀ ਜਿੱਤੀ ਹੋਈ ਤੇ ਹੁਣ ਵੀ ਜਿੱਤ ਕੇ ਦਿਖਾਵਾਂਗੇ। ਪਾਕਿਸਤਾਨੀ ਬੰਦੇ ਸੀ, 2000 ਰੁਪਏ ਲੈਣਾ ਕਿਸੇ ਨੇ, ਕੀ ਕਰਨਾ ਗਾ 2000? ਸਾਨੂੰ ਮੁੱਲ ਲੈਂਦਾ ਸਾਨੂੰ ਮੁੱਲ। ਕਹਿੰਦੇ ਕਿਸਾਨਾਂ ਦਾ ਪੁੱਤ ਮੈਂ, ਕਿਸਾਨਾਂ ਦੀ ਪਾਰਟੀ। ਇੱਥੇ ਜਿਹੜਾ ਖੜਾ ਖਰੀਦਿਆ ਨੀ, ਇਹ ਕਿਸਾਨ ਹੈ, ਕਿਸਾਨ ਹੈ ਇਹ। ਸਾਡਾ ਵੀ ਦਿੱਲੀ ਹੱਕ ਸੀ, ਸਾਨੂੰ ਕਿਉਂ ਰੋਕਿਆ ਗਿਆ? ਸਾਡੀ ਰਾਜਧਾਨੀ ਹੈ, ਸਾਨੂੰ ਕਿਉਂ ਰੋਕਿਆ ਗਿਆ? ਅਸੀਂ ਵੀ ਰੋਕਾਂਗੇ। ਕੋਸ਼ਿਸ਼ਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦਈਏ ਕਿ ਕਿਸਾਨਾਂ ਦੇ ਵੱਲੋਂ ਬੈਰੀਕੇਡ ਪੱਟਣ ਦੀਆਂ ਕੋਸ਼ਿਸ਼ਾਂ ਬੈਰੀਕੇਡ ਕਿਸਾਨਾਂ ਦੇ ਵੱਲੋਂ ਬੈਰੀਕੇਡ ਪੱਟੇ ਗਏ ਨੇ। ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਲੱਗਿਆ ਪੱਟਣ ਦੀ, ਬੈਰੀਕੇਡ ਪੱਟਣ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ। ਬੈਰੀਕੇਡ ਭੰਨੇ ਜਾ ਰਹੇ ਨੇ, ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਹੈ, ਦੂਸਰੇ ਪਾਸੇ ਕਿਸਾਨ ਨੇ, ਕਿਸਾਨਾਂ ਦੇ ਵੱਲੋਂ ਬੈਰੀਕੇਡ ਭੰਨੇ ਜਾ ਰਹੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਤਸਵੀਰ ਜਿਹੜੀ ਹੈ ਦੇਖਣ ਨੂੰ ਮਿਲੀ ਸੀ, ਇੱਕ ਵਾਰੀ ਫਿਰ ਹੁਣ ਕਿਸਾਨਾਂ ਦੇ ਵੱਲੋਂ ਬੈਰੀਕੇਡ ਦੁਬਾਰਾ ਤੋਂ ਜਿਹੜੇ ਹੈਗੇ ਨੇ ਉਹ ਭੰਨੇ ਜਾ ਰਹੇ ਨੇ। ਇੱਥੇ ਪਰਮਪਾਲ ਕੌਰ ਨੇ ਆਉਣਾ ਹੈ ਤਾਂ ਪਰਮਪਾਲ ਕੌਰ ਆ ਚੁੱਕੇ ਨੇ, ਇੱਕ ਪਾਸੇ ਤਸਵੀਰਾਂ ਨੇ ਕਿ ਪਰਮਪਾਲ ਕੌਰ ਆ ਚੁੱਕੇ ਨੇ, ਤਾਂ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਬੈਰੀਕੇਡ ਭੰਨੇ ਜਾ ਰਹੇ ਨੇ। ਬੈਰੀਕੇਡ ਪਾਸੇ ਹਟਾਉਣ ਦੀਆਂ ਕੋਸ਼ਿਸ਼ਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਕਿਸਾਨ ਨੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਨਗੇ, ਕਿਸਾਨ ਬੈਰੀਕੇਡ ਪਾਸੇ ਹਟਾ ਰਹੇ ਨੇ। ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਮੌੜ ਦੀਆਂ ਤਸਵੀਰਾਂ ਨੇ। ਬੀਜੇਪੀ ਤੋਂ ਉਮੀਦਵਾਰ ਜਿਹੜੇ ਆ ਪਰਮਪਾਲ ਕੌਰ ਨੇ ਆਉਣਾ ਸੀ, ਹਾਲਾਂਕਿ ਪੁਲਿਸ ਦੀ ਟੁਕੜੀ ਦੇ ਵੱਲੋਂ ਲਗਾਤਾਰ ਰੋਕਿਆ ਜਾ ਰਿਹਾ। ਪਰ ਜੇਕਰ ਕਿਸਾਨਾਂ ਦੇ ਵੱਲੋਂ ਕੋਸ਼ਿਸ਼ਾਂ ਲਗਾਤਾਰ ਬੈਰੀਕੇਡ ਨੂੰ ਪਾਸੇ ਹਟਾਉਣ ਦੀਆਂ ਸੀ, ਪੁਲਿਸ ਦੇ ਵੱਲੋਂ ਹਟਣ ਦੇ ਲਈ, ਰੋਕਣ ਦੇ ਲਈ ਜਿਹੜਾ ਉਹ ਕਿਹਾ ਜਾ ਰਿਹਾ। ਤਸਵੀਰਾਂ ਮੌੜ ਤੋਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਜਿੱਥੇ ਬੀਜੇਪੀ ਦੇ ਉਮੀਦਵਾਰ, ਲੋਕ ਸਭਾ ਬਠਿੰਡਾ ਦੇ ਉਮੀਦਵਾਰ ਜਿਹੜੇ ਉਹਨਾਂ ਦੇ ਵੱਲੋਂ ਆਉਣਾ ਸੀ, ਆਉਣਾ ਹੈ। ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਪਰ ਲਗਾਤਾਰ। ਦੇਖੋ ਤੁਸੀਂ ਕਿਉਂ ਰੋਕਦੇ ਸਾਨੂੰ? ਅਸੀਂ ਵਾਰ ਵਾਰ ਬੇਨਤੀਆਂ ਬਹੁਤ ਚੜਦੇ ਕਰਦੇ ਵੀ ਸਾਡਾ ਵਿਰੋਧ ਆ ਭਾਜਪਾ ਦਾ, ਵਿਰੋਧ ਦਾ ਭਾਜਪਾ ਦਾ, ਅਸੀਂ ਨਹੀਂ ਵੜਨ ਦੇਵਾਂਗੇ ਕਿਸੇ ਵੀ ਹਾਲ ਦੇ ਵਿੱਚ। ਪਰ ਤੁਸੀਂ ਅੱਜ ਜਾਣ ਕੇ ਰੋਕ ਕੇ ਰੱਖਿਆ ਹੋਇਆ, ਲਿਆਓ ਕਰਵਾਓ, ਲਿਆਓ ਕਰਵਾਓ, ਪਰ ਵਾਅਦੇ ਤੋਂ ਨਾ ਬਚੋ ਤੁਸੀਂ। ਦੇਖੋ ਇੱਥੇ ਦਾ ਮਾਹੌਲ ਖਰਾਬ ਕਰੋਗੇ, ਅਸੀਂ ਵਾਰ ਵਾਰ ਕਹਿੰਦੇ ਸਾਡੇ ਜੁੰਮੇ ਲਾਉਣਾ ਖਰਾਬ ਤੁਸੀਂ ਕਰਦੇ ਹੋ ਪ੍ਰਸ਼ਾਸਨ ਵਾਲੇ। ਤੁਹਾਨੂੰ ਪਤਾ ਤੜਕੇ ਦਾ ਮਾਹੌਲ ਕੀ ਹੋ ਰਿਹਾ ਮੰਡੀ ਦਾ, ਤੁਸੀਂ ਕਿਉਂ ਨੀ ਗੱਲਬਾਤ ਕਰਾਉਂਦੇ? ਲਿਆਓ ਕਰਾਓ, ਹੁਣ ਇੱਥੇ ਲਿਆਓ, ਬੈਰੀਕੇਡ ਤੇ ਲਿਆਓ, ਕਰੋ ਕਰੋ ਕਰੋ, ਲਿਆਓ ਕਰੋ, ਸਾਨੂੰ ਦਿੱਲੀ ਚ ਇਹ ਵੜਨ ਨੀ ਦਿੰਦੇ।
ਅੱਜ ਅਸੀਂ ਇਹਦਾ ਵਿਰੋਧ ਕਰਾਂਗੇ। ਲਗਾਤਾਰ ਵੱਲੋਂ ਬੈਰੀਗੇਡ ਦੇ ਉੱਪਰ ਜਿਹੜੇ ਆ ਕਿਸਾਨ ਜਿਹੜੇ ਆ ਉਹ ਬੈਰੀਗੇਡ ਦੇ ਉੱਪਰ ਵੀ ਕਿਸਾਨ ਦੇ ਵੱਲੋਂ ਚੜੇ ਆ, ਬੈਰੀਗੇਡ ਦੇ ਉੱਪਰ ਚੜ ਗਏ ਨੇ ਕਿਸਾਨ। ਇਹ ਕਿਹਾ ਜਾ ਰਿਹਾ ਕਿ ਸਾਨੂੰ ਕਿ ਅਸੀਂ ਗੱਲਬਾਤ ਕਰ ਰਹੀ ਹਾਂ, ਗੱਲਬਾਤ ਕਰਨ ਦੇ ਲਈ ਇਹ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨੀ ਆ, ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜਾ ਉਹ ਰੋਕਿਆ ਜਾ ਰਿਹਾ ਆ। ਤਾਂ ਇਹ ਤਸਵੀਰ ਜਿਹੜੀ ਆ ਤੁਹਾਨੂੰ ਜ਼ਰੂਰ ਦਿਖਾ ਦਈਏ ਕਿ ਬੈਰੀਗੇਡ ਦੇ ਉੱਪਰ ਕਿਸਾਨ ਚੜ੍ਹੇ, ਤਾਂ ਦੂਸਰੇ ਪਾਸੇ ਪੁਲਿਸ ਵੀ ਜਿਹੜੀ ਆ ਉਹ ਬੈਰੀਗੇਡ ਦੇ ਉੱਪਰ ਜਿਹੜੀ ਆ, ਪੰਜਾਬ ਪੁਲਿਸ ਵੀ ਬੈਰੀਗੇਡ ਦੇ ਉੱਪਰ ਜਿਹੜੀ ਆ ਉਹ ਚੜ੍ਹ ਰਹੀ ਹੈ। ਸਾਡੀ ਮੰਗ ਆ ਜੀ, ਸਾਡੀਆਂ ਮੰਗਾਂ ਨਾ ਕੁਛ, ਇਹ ਭਾਜਪਾ ਸਰਕਾਰ ਨਾ ਸਾਡਾ ਜੱਜ ਕੇ ਵਿਰੋਧ ਆ। ਅਸੀਂ ਤੜਕੇ ਦਾ ਜੋ ਪਤਾ ਲੱਗਿਆ ਉਦੋਂ ਦੀਆਂ ਬੇਨਤੀਆਂ ਕਰੀਆਂ ਨੇ ਪ੍ਰਸ਼ਾਸਨ ਨੂੰ, ਜਿਹੜਾ ਹੈਗਾ ਉਹ ਥੱਲੇ ਉਤਾਰਿਆ ਜਾ ਰਿਹਾ, ਕਿਸਾਨਾਂ ਨੂੰ ਥੱਲੇ ਸੁੱਟਿਆ, ਥੱਲੇ ਕਿਸਾਨਾਂ ਨੂੰ ਜਿਹੜਾ ਥੱਲੇ ਉਤਾਰਿਆ ਜਾ ਰਿਹਾ, ਕਿਸਾਨਾਂ ਨੂੰ ਜਿਹੜਾ ਹੈਗਾ ਉਹ ਥੱਲੇ ਉਤਾਰਿਆ ਗਿਆ ਆ, ਕਿਸਾਨਾਂ ਨੂੰ ਥੱਲੇ ਉਤਾਰਿਆ ਗਿਆ ਆ। ਜਿਹੜੇ ਨੇ ਬੈਰੀਗੇਡ ਦੇ ਉੱਪਰ ਕਿਸਾਨ ਚੜ੍ਹੇ, ਤਾਂ ਕਿਸਾਨਾਂ ਨੂੰ ਥੱਲੇ ਜਿਹੜਾ ਉਤਾਰਿਆ ਗਿਆ। ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਕਿਸਾਨ ਜਿਹੜੇ ਉੱਪਰ ਚੜ੍ਹੇ ਸੀ ਤਾਂ ਕਿਸਾਨਾਂ ਨੂੰ ਥੱਲੇ ਕਿਸਾਨਾਂ ਨੂੰ ਉਤਾਰਿਆ ਗਿਆ। ਤਾਂ ਤਸਵੀਰ ਲੱਗਾ ਕਿ ਕਿਸਾਨ ਜਿਹੜੇ ਨੇ ਉੱਪਰ ਚੜ੍ਹੇ ਨੇ, ਇੱਕ ਵਾਰੀ ਤਸਵੀਰ 'ਤੇ ਨਜ਼ਰ ਜ਼ਰੂਰ ਮਰਵਾ ਦਿੱਤੀ ਜਾਵੇ। ਮਾਹੌਲ ਜਿਹੜਾ ਤਣਾਅਪੂਰਨ ਆ, ਕਿਸਾਨ ਬੈਰੀਗੇਡ ਦੇ ਉੱਪਰ ਚੜ੍ਹੇ ਸੀ, ਬੈਰੀਗੇਡ ਦੇ ਉੱਤਰੋਂ ਉੱਪਰੋਂ ਕਿਸਾਨ ਨੂੰ ਜਿਹੜਾ ਆ ਉਹ ਉਤਾਰਿਆ ਗਿਆ। ਤਸਵੀਰ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਇਸ ਇੱਕ ਵਾਰੀ ਸਾਂਝੀ ਕਰਦੀ ਹੈ ਕਿ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਜਿਹੜਾ ਬੈਰੀਗੇਡ ਤੋਂ ਥੱਲੇ ਉਤਾਰਿਆ ਜਾਂਦਾ ਹੈ। ਕਿਸਾਨਾਂ ਦੀ ਮੰਗ ਆ ਕਿ ਸਾਨੂੰ ਮਿਲਾਇਆ ਜ਼ਰੂਰ ਜਾਵੇ, ਮਿਲਾਉਣ ਦੀ ਮੰਗ ਜਿਹੜੀ ਆ ਕਿਸਾਨ ਦੇ ਵੱਲੋਂ, ਮਿਲਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ। ਉੱਪਰ ਕਿਉਂ ਚੜ੍ਹੇ ਹੋ? ਪ੍ਰਸ਼ਾਸਨ ਕਹਿੰਦਾ ਗੱਲ ਕਰਵਾ ਰਹੇ, ਤਿੰਨ ਘੰਟੇ ਹੋ ਗਏ ਆਸ਼ਵਾਸਨ ਦਵਾਇਆ ਗਿਆ ਕਿ ਮਿਲਾਇਆ ਜ਼ਰੂਰ ਜਾਵੇਗਾ। ਮਿਲਾਓ ਗੱਲ ਕੀ ਕਰਨੀ ਹੈ? ਅਸੀਂ ਇਹ ਗੱਲ ਕਰਨੀ ਹੈ, ਸਾਨੂੰ ਦਿਓ ਐਮਐਫਸੀ ਦੀ ਗਰੰਟੀ ਜਿਹੜੀ, ਸਾਡੇ ਕਿਸਾਨਾਂ ਦਾ ਨੁਕਸਾਨ ਕਰਿਆ ਇਹਨਾਂ ਨੇ, ਕਰਨਾ ਦੀ ਭਰਪਾਈ ਕਿਉਂ ਕਰਿਆ, ਕਿਉਂ ਸਾਡੇ ਦੀ ਸਿੱਧੀਆਂ ਗੋਲੀਆਂ ਚਲਾਈਆਂ? ਸਾਡੇ ਕੋਲ ਲੋਕਤੰਤਰ ਅਧਿਕਾਰ ਨਹੀਂ ਸਾਡੇ ਹੱਕ ਮੰਗਣ ਦਾ? ਜਿਵੇਂ ਕਿ ਸਾਨੂੰ ਦਿੱਲੀ ਜੰਤਰ ਮੰਤਰ ਇਹਨਾਂ ਨੇ ਕਿਉਂ ਨਹੀਂ ਜਾਣ ਦਿੱਤਾ? ਜੇ ਇਹਨਾਂ ਦੇ ਪਿਓ ਦੀ ਰਾਜਧਾਨੀ ਨਹੀਂ ਇਹ, ਸਾਡੀ ਰਾਜਧਾਨੀ ਹੈਗੀ। ਸਾਡੇ ਗੁਰੂਆਂ ਨੇ ਦਿੱਲੀ ਜਿੱਤੀ ਹੋਈ ਤਾਂ ਹੁਣ ਵੀ ਜਿੱਤ ਕੇ ਦਿਖਾਵਾਂਗੇ। ਬੋਲੇ ਵਿਰੋਧ ਕਰ ਰਹੇ ਹੋ, ਪਰ ਬੀਜੇਪੀ ਤਾਂ ਕਹਿੰਦੀ 13 ਦੇ 13 ਸੀਟਾਂ ਜਿੱਤਾਂਗੇ। ਦੇਖੋ ਇਹ ਕਹਿਣੀ ਹੁੰਦਾ ਸੀਟ ਪਤਾ ਲੱਗੂ ਇਹ ਗਰਾਊਂਡ ਤੇ ਆਏ ਤੋਂ, ਗਰਾਊਂਡ ਤੇ ਜਾਏ ਤੋਂ, ਵੀ 13 ਕੌਣ ਲਿਆਉਂਦਾ, 0 ਚ ਕੌਣ ਰਹਿੰਦਾ, ਇਹ ਤਾਂ ਆਉਣ ਵਾਲਾ ਸਮਾਂ ਦੱਸੋ। ਪਰ ਅੱਜ ਸ਼ਹਿਰ 'ਚ ਹੈ, ਕੱਲ ਨੂੰ ਪਿੰਡਾਂ 'ਚ ਵੀ ਵੋਟਾਂ ਮੰਗਣ ਆਉਣਾ ਹੈ, ਉੱਥੇ ਕਿਵੇਂ ਉੱਥੇ ਕੀ ਮਾਹੌਲ? ਦੇਖੋ ਪਿੰਡਾਂ 'ਚ ਅਸੀਂ ਬੈਨਰ ਵੱਡੇ ਛਪਾ ਕੇ ਲਾਏ ਨਾ, ਪੰਚਾਇਤਾਂ ਨੂੰ ਕਿਹਾ ਹੋਇਆ, ਸਪੀਕਰਾਂ ਦੇ ਵਿੱਚ ਅਲੋਸਮੈਂਟਾਂ ਕਰੀਆਂ ਹੋਈਆਂ,
ਵੀ ਜਿਹੜਾ ਕੋਈ ਵੀ ਜ਼ਿੰਮੇਦਾਰ ਜਾਂ ਇਹਦਾ ਸਮਰਥਕ ਪਿੰਡ 'ਚ ਬੁਲਾਊ, ਨਫੇ ਨੁਕਸਾਨ ਦਾ ਜ਼ਿੰਮੇਵਾਰ ਖੁਦ ਆਪ। ਕਹਿੰਦੇ ਵੋਟਾਂ ਮੰਗਣ ਦਾ ਆ ਹੀ ਸਕਦੇ ਅਸੀਂ, ਇਹ ਕਹਿੰਦੇ ਨਹੀਂ, ਬਿਲਕੁਲ। ਜਿੱਥੇ ਭਾਜਪਾ ਇਹ ਕਹਿੰਦੀ ਆ ਵੀ ਸਾਡੀ ਰਾਜਧਾਨੀ ਆ ਦਿੱਲੀ, ਅਸੀਂ ਕਿਸਾਨਾਂ ਨੂੰ ਵੜਨ ਦਿੰਦੇ, ਸਾਡੇ ਤੇ ਵੱਡੇ ਵੱਡੇ ਬੈਰੀਕੇਡ ਲਾ ਕੇ ਰੋਕਿਆ, ਸਾਡੇ ਤੇ ਗੋਲੀਆਂ ਚਲਾ ਗਈਆਂ, ਸਾਡੇ ਨੌਜਵਾਨ ਸ਼ਹੀਦ ਕਰਨੇ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਦੇ ਲੱਤਾਂ ਤੋੜੀਆਂ ਨਾ, ਸਾਡੇ ਅਨੇਕਾਂ ਨੌਜਵਾਨ ਅੱਜ ਵੀ ਜੇਲ੍ਹਾਂ 'ਚ ਬੰਦ ਨਾ। ਪਰ ਇਹ ਭਾਜਪਾ ਸਰਕਾਰ ਕਿਵੇਂ ਕਹਿ ਦੂ ਅਸੀਂ ਵੋਟਾਂ ਮੰਗਣ ਪਿੰਡਾਂ 'ਚ ਆਵਾਂਗੇ, ਸਾਡੇ ਪਿੰਡ ਸਾਡੀਆਂ ਰਾਜਧਾਨੀਆਂ ਨਾ। ਇਸ ਵਿਰੋਧ ਨਾਲ ਕੀ ਹੋਜੂ, ਕਿੰਨੀ ਕੁ ਵੋਟ ਟੁੱਟ ਜੂ? ਕਹਿੰਦੇ ਨੇ ਕਿ 4 ਕਿਸਾਨ ਹੁੰਦੇ ਨੇ ਖੜੇ। ਵੋਟ ਟੁੱਟਣ ਦਾ ਨਹੀਂ, ਇਹ ਵਿਰੋਧ ਆ ਜਿਹੜਾ ਜਾਊਗਾ ਵੰਡ ਦੇ ਵਿੱਚ ਵੀ, ਜੇਕਰ ਕਿਸਾਨਾਂ ਨਾ ਭਾਜਪਾ ਨੇ ਇਹ ਕਰੀਆ ਤਾਂ ਸਾਡਾ ਰੋਸ ਇੱਕ ਸਾਰੇ ਪੰਜਾਬ ਦੇ ਸਾਰੇ ਭਾਰਤ ਦੇ ਵਿੱਚ। ਭਾਜਪਾ ਨੇ ਸਾਡੇ ਨਾਲ ਵਾਅਦੇ ਕਰੇ ਸੀ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕਰਿਆ, ਵਾਅਦੇ ਤੋਂ ਭੱਜੇ। ਅੱਜ ਧੱਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਜ਼ਿੰਮੇਵਾਰ ਭਾਜਪਾ ਤੇ ਪੰਜਾਬ ਸਰਕਾਰ ਆ, ਜਿਹੜਾ ਇਹੋ ਜਿਹਾ ਮਾਹੌਲ ਬੋਰਡ ਦੇ ਵਿੱਚ ਦੇਖ ਰਹੇ ਹੋ। ਅਸੀਂ ਤਰਕੇ ਗੱਲਬਾਤ ਲਈ ਸਮਾਂ ਮੰਗਿਆ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਨਾ ਇਹ ਭਾਜਪਾ ਦਾ ਜਿਹੜਾ ਕੈਂਡੀਡੇਟ ਆ ਕੇ ਦੇ ਦੇ, ਪਰ ਵਾਰ ਵਾਰ ਪ੍ਰਸ਼ਾਸਨ ਕਹਿੰਦਾ ਰਹਿ ਕਿ ਤੁਹਾਨੂੰ ਸਮਾਂ ਦਿਵਾਵਾਂਗੇ ਸਮਾਂ ਦਿਵਾਵਾਂਗੇ, ਪਰ ਹਾਲੇ ਤੱਕ ਕੋਈ ਸਮਾਂ ਨਹੀਂ ਦਿਵਾਇਆ। ਜਿਹੜਾ ਕਿ ਸਾਡਾ ਵਿਰੋਧ ਆ ਜਾਤ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਰੱਖਾਂਗੇ। ਇੱਕ ਗੱਲ ਇਹ ਹੈ, ਭਾਜਪਾ ਕਹਿੰਦੀ ਹੈ, ਹੰਸਰਾਜ ਆਉਂ ਜਾ ਕੇ ਜਿਹੜਾ ਵੀ ਉਮੀਦਵਾਰ ਆ ਕਹਿੰਦਾ ਕਿ ਚੰਦ ਕੁ ਦੂਜੀਆਂ ਪਾਰਟੀਆਂ ਦੇ ਖਰੀਦੇ ਬੰਦੇ ਆ, ਕਿਸਾਨ ਤਾਂ ਸਾਡਾ ਵਿਰੋਧ ਕਰ ਹੀ ਨਹੀਂ ਰਹੇ। ਬਿਲਕੁਲ, ਇਹ ਤੁਸੀਂ ਦੇਖ ਲਓ ਅੱਜ ਤੁਹਾਡੇ ਮੀਡੀਆ ਦੇ ਸਾਹਮਣੇ ਨਾ, ਇਹ ਕਿਸਾਨ ਕਿ ਜਿਹੜੇ ਉਹ ਖਰੀਦੇ ਹੋਏ ਕਹਿੰਦੇ, ਪਰ ਵਿਕੇ ਹੋਏ ਤਾਂ ਆਉਂਦੇ ਨਹੀਂ ਪੂਰੇ, ਵਿਕੇ ਹੋਏ ਤੁਸੀਂ ਆਪ ਦੇਖ ਲਓ ਮੀਡੀਆ ਵਾਲੇ ਕੌਣ ਤੇ ਕੌਣ ਕਿਸਾਨ ਤੁਹਾਡੇ ਅੱਖਾਂ ਦੇ ਸਾਹਮਣੇ। ਬਿਲਕੁਲ, ਜਿਹੜੇ ਅੱਜ ਖੜੇ ਨਾ ਤੇ ਕੱਲ ਖੜਨਗੇ ਪਿੰਡਾਂ ਦੇ ਵਿੱਚ, ਉਹ ਸਿਰਫ ਤੇ ਸਿਰਫ ਨਿਰੋਲ ਕਿਸਾਨ ਹੋਣਗੇ ਤੇ ਕਿਸਾਨ। ਅਸੀਂ ਸਵਾਲ ਪੁੱਛਣੇ ਤਾਂ ਫਿਰ ਸਵਾਲ ਪੁੱਛੋ ਤਾਂ ਇੰਨਾ ਡਰ ਕਿਹੜੀ ਗੱਲ ਦਾ, ਉੱਧਰ ਵੀ ਪੁਲਿਸ ਪ੍ਰਸ਼ਾਸਨ ਲਾਇਆ, ਇੱਧਰ ਵੀ ਪੁਲਿਸ ਪ੍ਰਸ਼ਾਸਨ ਲਾਇਆ, ਕਿਉਂ ਰੋਕਿਆ ਗਿਆ? ਜੇ ਤੁਸੀਂ ਸਵਾਲ ਹੀ ਪੁੱਛਣਾ, ਤੁਸੀਂ ਕਹਿੰਦੇ ਅਸੀਂ ਸਵਾਲ ਪੁੱਛਣੇ ਆ, ਸਵਾਲਾਂ ਤੋਂ ਡਰ ਕਿਹੜੀ ਗੱਲ ਦਾ? ਬਿਲਕੁਲ, ਇਹ ਬਹੁਤ ਵਧੀਆ ਸਵਾਲ ਆ ਤੁਹਾਡਾ। ਪ੍ਰਸ਼ਾਸਨ ਨੂੰ ਇਹ ਡਰ ਕਿਉਂ, ਅੱਜ ਮੰਡੀ ਕਿਉਂ ਸੀਲ ਕਰੀਏ? ਜਿਸ ਜਗ੍ਹਾ 'ਤੇ ਅੱਜ ਆਉਣਾ ਸੀ ਧਰਮਸ਼ਾਲਾ ਦੇ ਵਿੱਚ, ਦੋਨੇ ਪਾਸੇ ਦਾ ਵੱਡਾ ਰਸਤਾ, ਦੋਨੇ ਪਾਸੇ ਪਹਿਲੀ ਸਾਡੇ ਆਉਣ ਤੋਂ ਬੈਰੀਕੇਡ ਕਿਉਂ ਕਰ ਲਏ? ਅਸੀਂ ਤਾਂ ਕਿਸੇ ਦਾ ਬੁਰਾ ਵਿਰੋਧ ਸੀਗਾ ਸਾਡਾ ਸਵਾਲ ਜਵਾਬ ਕਰਨ ਦਾ, ਪਰ ਸਾਡਾ ਐਂ ਨਹੀਂ ਸੀਗਾ ਬੈਰੀਕੇਟ ਤੋੜਾਂਗੇ ਜੇ ਚੱਕ ਕੇ ਜਾਵਾਂ, ਪਰ ਮਜਬੂਰ ਕਰਤਾ ਬੈਰੀਕੇਟ ਲਾ ਕੇ। ਪਰ ਅਸੀਂ ਤਾਂ ਹੁਣ ਵੀ ਕਹਿੰਦੇ ਹਾਂ ਸ਼ਾਂਤਮਈ ਨਾਲ ਸਵਾਲ ਜਵਾਬ ਕਰਨਾ, ਕਿਉਂ ਡਰਦੇ ਭਾਜਦੇ ਨੇ ਇਸ ਹੱਥੋਂ? ਜੇ ਕਿਤੇ ਨਾ ਕਿਤੇ ਕਾਣੇ ਨੇ ਸੱਤੂਈ ਸਾਡੇ ਨਾਲ ਵਾਅਦੇ ਕਰਕੇ ਭੱਜੇ ਨਾ, ਵਾਅਦੇ ਪੂਰੇ ਨਹੀਂ ਕੀਤੇ, ਤਾਂ ਅੱਜ ਕਿਉਂ ਪ੍ਰਸ਼ਾਸਨ ਨੂੰ ਲਾ ਲੈ ਕੇ ਡੇਡੇ ਬੈਰੀਕੇਟ ਕਰ ਦੇਣ? ਕੀ ਲੋੜ ਆ, ਕੀ ਡਰ ਆ? ਚੋਣ ਜ਼ਾਬਤਾ ਲੱਗਿਆ ਹੋਇਆ, ਵੋਟਾਂ ਮੰਗਣ ਸ਼ਾਂਤ ਨਾਲ ਪਿੰਡਾਂ ਦੇ ਵਿੱਚ, ਕਿਉਂ ਭਾਈ ਦੇ ਡਰਦੇ? ਪਿੰਡਾਂ 'ਚ ਆਇਆਂ ਨੂੰ ਸਵਾਲ ਕਰੋਗੇ? ਸਵਾਲ ਘੇਰਾਂਗੇ ਜੀ, ਸਮਾਰਟ ਘੇਰਾਂਗੇ ਜਵਾਬ ਸਾਡੇ ਘੇਰਾਂਗੇ, ਬਣ ਨਹੀਂ ਦਿੰਦੇ। ਇਹ ਤਾਂ ਕਹਿੰਦੇ ਆਵਾਂਗੇ ਵੋਟਾਂ, ਵੀ ਬਣ ਨਹੀਂ ਦਿੰਦੇ ਅਸੀਂ ਬਣ ਨੌਵੀਂ ਤਰ੍ਹਾਂ ਦੀ। ਕਹਿੰਦੇ ਸਾਡਾ ਹੱਕ ਹੈ ਪਿੰਡਾਂ 'ਚ ਆਉਣਾ, ਤੇ ਸਾਡਾ ਵੀ ਦਿੱਲੀ ਹੱਕ ਸੀ, ਸਾਡਾ ਵੀ ਦਿੱਲੀ ਹੱਕ ਸੀ, ਸਾਨੂੰ ਕਿਉਂ ਰੋਕਿਆ ਗਿਆ? ਸਾਡਾ ਵੀ ਦਿੱਲੀ ਹੱਕ ਸੀ, ਸਾਨੂੰ ਕਿਉਂ ਰੋਕਿਆ ਗਿਆ? ਸਾਡੀ ਰਾਜਧਾਨੀ ਹੈ, ਸਾਨੂੰ ਕਿਉਂ ਰੋਕਿਆ ਗਿਆ? ਅਸੀਂ ਵੀ ਰੋਕਾਂਗੇ, ਜੇ ਸਾਨੂੰ ਰੋਕਿਆ ਅਸੀਂ ਵੀ ਰੋਕਾਂਗੇ। ਫਿਰ ਇਹ ਤਾਂ ਜਿਸ ਤਰੀਕੇ ਨਾਲ ਉਹ ਕਹਿੰਦੇ ਆ ਵੀ ਕੁਛ ਕੁ, ਜਿਵੇਂ ਮੈਂ ਇਹਨਾਂ ਪੰਜਾਬ ਪ੍ਰਧਾਨ ਜੀ ਨੇ ਪੁੱਛਿਆ ਵੀ ਇਹ ਤਾਂ ਕੁਛ ਕੁ ਖਰੀਦੇ ਬੰਦੇ ਆ, ਕਹਿੰਦੇ ਅਸਲੀ ਬੰਦ ਤੁਹਾਨੂੰ ਹੁਣ ਪਤਾ ਲੱਗੇ ਕੌਣ ਖਰੀਦਿਆ ਕੌਣ ਕਿਸਾਨ ਹੈ। ਇੱਥੇ ਜਿਹੜਾ ਖੜਾ ਖਰੀਦਿਆ ਨਹੀਂ, ਇਹ ਕਿਸਾਨ ਹੈ, ਕਿਸਾਨ ਹੈ, ਹੈ ਜਿਹੜਾ ਇੱਥੇ ਖੜਾ ਕਿਸਾਨ ਹੈ, ਖਰੀਦਿਆ ਹੋਇਆ ਨਹੀਂ। ਸਾਨੂੰ ਸਾਨੂੰ ਗਰਮੀ ਨਹੀਂ ਲੱਗਦੀ, ਸੋਟੀ ਮਾਰੀਆ ਕਚੂੜੇ ਦਾ ਪੁੱਤ, ਉਹਨੇ ਡਾਂਗਾ ਮਾਰੀਆਂ ਸਾਡੇ, ਕਿਉਂ ਮਾਰੀਆਂ? ਅਸੀਂ ਸ਼ਾਂਤਮਈ ਨਾਲ ਖੜਦੇ ਹਾਂ, ਖੜੇ ਹਾਂ, ਉਹ ਡਾਂਗਾ ਮਾਰਦਾ ਸਾਡੇ।
ਕੀ ਗੱਲ ਹੈ ਡਾਂਗਾ ਮਾਰਨ ਸਾਡੇ ਕੋਲ ਵੀ ਨਾ ਝੰਡੇ ਡਾਂਗਾ ਜਿਵੇਂ ਤੁਸੀਂ ਪੰਜਾਬ ਪੁਲਿਸ ਤੁਸੀਂ ਕਰੋਗੇ ਡਾਂਗਾ ਮਾਰੀ ਪਰ ਮਾਨ ਸਾਹਿਬ ਤਾਂ ਕਹਿੰਦੇ ਕਿਸਾਨਾਂ ਦਾ ਪੁੱਤ ਮੈਂ ਕਿਸਾਨਾਂ ਦੀ ਪਾਰਟੀ ਕੌਣ ਵਾਲੇ ਫਿਰ ਕਿਸਾਨਾਂ ਦਾ ਫਿਰ ਕਿਸਾਨਾਂ ਦੇ ਇੰਨੇ ਕਿਉਂ ਕਹਿਰ ਕਰ ਰਿਹਾ ਹੈ ਇੰਨਾ ਕਹਿਰ ਕਿਉਂ ਕਰ ਰਿਹਾ ਹੋ ਸਾਡੇ ਬੰਦੇ ਬਰਬਾਦ ਹੈ ਕਿਸਾਨ ਆ ਪੰਜਾਬ ਦੇ ਇਰਗੇ ਜਾ ਕੇ ਸਾਡੇ ਬੰਦੇ ਨਹੀਂ ਜਾਵੇ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਵੀ ਕਿਸਾਨ ਆ ਆਪਣੇ ਪੰਜਾਬ ਦੀ ਹੱਥ ਜਾ ਕੇ ਬੰਦੇ ਮਾਰੇ ਉਹਦਾ ਮਾਨ ਬੋਲ ਨਹੀਂ ਸਕਿਆ ਉਹਦੇ ਨਾਲ ਮਾਨ ਬੋਲ ਸਕਿਆ ਮਾਨ ਵੀ ਖਰੀਦਿਆ ਹੋਇਆ ਉਹਦੇ ਹੱਕ ਕੀਦਾ ਉੱਥੇ ਪ੍ਰਬੰਧਕ ਨੇ ਪਹਿਲਾਂ ਕਰਨਾ ਸੀ ਮੀਟਿੰਗਾਂ ਕਰਾਉਂਦਾ ਰਿਹਾ ਵਿਚੋਲਾ ਬਣ ਕੇ ਕੋਈ ਮੀਟਿੰਗ ਨਹੀਂ ਕਰਾਈ ਸਾਰੇ ਆਪਦੇ ਪਾਲ ਨੂੰ ਡਰਦੇ ਸੀਗੇ ਜੀ ਸਾਰੇ ਖਰੀਦੇ ਹੋਏ ਆਪਦੇ ਪਾਲ ਤੋਂ ਡਰਦੇ ਵੀ ਸਾਨੂੰ ਨਹੀਂ ਪਿੰਡਾਂ 'ਚ ਬਣ ਦੇਣਾ ਇੱਕ ਗੱਲ ਹੈ ਵੀ ਊਂ ਤਾਂ ਲੀਡਰ ਕਹਿੰਦੇ ਹੁੰਦੇ ਕਿ ਲੋਕਾਂ ਦੇ ਹਰਮਨ ਪਿਆਰੇ ਆ ਲੋਕ ਸਾਨੂੰ ਬਹੁਤ ਪਿਆਰ ਕਰਦੇ ਆ ਫਿਰ ਅੱਜ ਤੁਸੀਂ ਮਿਲਣ ਆਏ ਹੋ ਤਾਂ ਡਰ ਕਾਹਦਾ ਉਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੂੰ ਕਾਹਦੀ ਸਵਾਲ ਹੀ ਕਰਨ ਆਏ ਆ ਕੋਈ ਸਾਡੇ ਕੋਲ ਸ਼ੁਰੂ ਕੈਂਸਰ ਨਹੀਂ ਕੋਈ ਗੋਲੀ ਨਹੀਂ ਸਾਡੇ ਕੋਈ ਪਿਸਤੌਲ ਨਹੀਂ ਕੋਈ ਕਹਿ ਸਾਡੇ ਕੋਲ ਅਸੀਂ ਸਵਾਲ ਹੀ ਕਰਨੇ ਆ ਸਵਾਲ ਸਾਡੇ ਕਰਾ ਦੇਣ ਕਨੌਰੀ ਬਾਰਡਰ ਤੇ ਬੈਠੇ ਆ ਆਪਣੀ ਪੰਜਾਬ ਪੁਲਿਸ ਸਾਰੀ ਉਰਲੇ ਪਾਸੇ ਬੈਠੀ ਆ ਤੇ ਉਧਰੋਂ ਉਹ ਪਹਿਲੀ ਬੈਠੀ ਆ ਕਿਉਂ ਅਸੀਂ ਪਾਕਿਸਤਾਨੀ ਬੰਦੇ ਸੀ ਕੋਈ ਪਾਕਿਸਤਾਨਾਂ ਦੇ ਨਹੀਂ ਹੱਕ ਸੀ ਅਸੀਂ ਆਪਦੀ ਦਿੱਲੀ ਜਾਂਦੇ ਸੀ ਰਾਜਧਾਨੀ ਤੇ ਕੋਈ ਇਹ ਇਹਨਾਂ ਨੇ ਸਾਨੂੰ ਉਧਰੋਂ ਰੋਕ ਰੱਖਿਆ ਉਧਰੋਂ ਰੋਕ ਰੱਖਿਆ ਉੱਧਰ ਜਿਹਦੇ ਕੋਲੇ ਸੀ ਗੋਲੀ ਚੱਲੀ ਇਹਦੇ ਭੱਜ ਲਏ ਇਹ ਵੀ ਸਾਡੀ ਗਵਾਹੀ ਲੈਣਗੇ ਕਿਉਂ ਭੱਜੇ ਇਹ ਸਿਕੜ ਪਰਚਾ ਪਾਉਣਾ ਸੀ ਵੀ ਹਾਂ ਇਹ ਬੰਦੇ ਨੇ ਗੋਲੀ ਮਾਰੀ ਹੈ ਹੈਂ ਇੱਕ ਮੁੰਡੇ ਦੀਆਂ ਫੜ ਕੇ ਲੱਤਾਂ ਕੁੱਟੀਆਂ ਇੱਕ ਬੰਦਾ ਊਂ ਮਾਰਤਾ ਇਹਨਾਂ ਨੇ ਗੱਲ ਹੀ ਨਹੀਂ ਸੁਣੀ ਕਹਿੰਦੇ ਮੋਦੀ ਨੇ ਤਾਂ ਕਿਸਾਨਾਂ ਲਈ ਕੀਤਾ ਹੀ ਬਹੁਤ ਆ 2000 ਰੁਪਇਆ ਦਿੱਤਾ ਬਿੱਲ ਮਾਰ 2000 ਨੂੰ ਲੈਣਾ ਕਿਸੇ ਨੇ ਹੈਂ ਕੀ ਕਰਨਾ ਗਾ 2000 ਸਾਨੂੰ ਮੁੱਲ ਵੇਚ ਮੁੱਲ ਲੈਂਦਾ ਸਾਨੂੰ ਮੁੱਲ ਅਸੀਂ ਨਹੀਂ ਮੰਗਦੇ ਜਮਾ ਨਾ ਪਾਵੇ ਕੱਟ ਦੇਵਾਂਗੇ ਕੰਟਰੋਲ ਨਹੀਂ ਰਹਿੰਦਾ ਸ਼ਬਦਾਵ ਨਹੀਂ ਕਿੱਕੇ ਹੋਏ ਆ ਕੱਟ ਦੇਵਾਂਗੇ ਕੋਈ ਗੱਲ ਨਹੀਂ ਉਹ ਸਾਡਾ ਫਰਜ਼ ਆ ਸਾਨੂੰ ਫਸਲਾਂ ਦਾ ਸਮਾਮੀ ਨਾਥ ਦੀ ਰਿਪੋਰਟ ਅਨੁਸਾਰ ਮੁੱਲ ਦੇਵੇ ਫਸਲਾਂ ਦਾ ਸਾਨੂੰ ਉਹ 2000 ਦੀ ਲੋੜ ਨਹੀਂ 2000 ਮੰਗਦੇ ਨਹੀਂ ਹਾਂਜੀ